ਉਹ ਕੀ ਗੱਲ ਰਾਜੂ, 2 ਦਿਨ ਹੋ ਗਏ ਵੀਡੀਓ ਨਹੀਂ ਆ ਰਹੀ। ਕੀ ਦੱਸਾਂ ਯਾਰ ਤੈਨੂੰ, ਉਹ ਕੀ ਹੋ ਗਿਆ? ਉਹ ਲੋਕਾਂ ਦੇ ਆਸ-ਆਸ ਤੇ ਪੱਦ ਨਿਕਲੀ ਜਾਂਦੇ ਨੇ। ਮੈਂ ਆਖਾਂ 2 ਦਿਨ ਬ੍ਰੇਕ ਮਾਰ ਲਾ, ਉਹ ਹੁਣ ਕਿਤੇ ਟੱਟੀਆਂ ਨਾ ਲੱਗ ਜਾ। ਮੈਨੂੰ ਦੱਸ, ਬੰਦੇ ਦੇ ਦਿਲ 2 ਹੁੰਦੇ ਨੇ ਕਿ 1? 1 ਹੀ ਹੁੰਦਾ ਹੈ ਸਾਲਿਆ, 2 ਹੁੰਦੇ ਨੇ। ਉਹ ਕਿਵੇਂ? ਉਹ ਨਹੀਂ ਕਹਿੰਦੇ, 1 ਦਿਲ ਕਰਦਾ ਜਾਂਦਾ ਰਵਾਂ ਤੇ 1 ਦਿਲ ਕਰਦਾ ਨਾ ਜਾਵਾਂ। ਹੈਲੋ ਹੈਲੋ ਜਾਨੂ, ਕਿੱਦਾਂ? ਆਪਣਾ ਵੀ ਅਮਨ ਨਹੀਂ ਹੋ ਸਕਦਾ। ਕਿਉਂ? ਬਸ ਨਹੀਂ ਹੋ ਸਕਦਾ ਤਾਂ ਨਹੀਂ ਹੋ ਸਕਦਾ। ਪਰ ਹੋ ਕੀ ਗਿਆ? ਮੇਰੇ ਮਾਪਿਆਂ ਨੇ ਕੱਲ ਹੋਰ ਕਿਸੇ ਨਾਲ ਪੱਕਾ ਕਰਤਾ ਮੇਰਾ ਵਿਆਹ। ਯਾਰ ਐਵੇਂ ਕਿਵੇਂ ਕਰਤਾ? ਕੱਲ ਤਾਂ ਆਪਣਾ ਵਿਆਹ ਸੀ। ਤੇਰੇ ਪੇਪਰਾਂ ਦਾ ਰਿਜ਼ਲਟ ਕਿਵੇਂ ਰਿਹਾ? ਉਹ ਤੇਰਾ ਕਿਵੇਂ ਰਿਹਾ? ਹੈਪੀ ਫੇਲ ਹੋ ਗਿਆ। ਉਹ ਯਾਰ ਤੇਰਾ ਕਿਵੇਂ ਰਿਹਾ? ਫੇਲ ਹੋ ਗਿਆ। ਉਹ ਯਾਰ ਤੇਰਾ ਕਿਵੇਂ ਰਿਹਾ? ਤੂੰ ਨਹੀਂ ਲਗਾ, ਫੇਲ ਹੋ ਗਿਆ। ਉਹ ਯਾਰ ਕੰਮ ਕਰਦਾ ਹੈ ਨਹੀਂ, ਮੈਂ ਕਿਹਾ ਗੱਡੀ ਨਾ ਪਾ ਲਈਏ। ਉਹ ਕੱਛਾ ਤੂੰ ਬਾਪੇ ਦਾ ਪਾ ਲਈ, ਉਹਨੇ ਤੈਨੂੰ ਕੁੱਟ ਕੁੱਟ ਦੇ ਲਾਛਾ ਪਾ ਦੇਣੀ। ਉਹ ਕਿਵੇਂ ਅਮਲੀਆ, ਅੱਜ ਬੜਾ ਪਰੇਸ਼ਾਨ ਜਿਹਾ ਲੱਗਿਆ ਫਿਰਨਾ। ਕੀ ਦੱਸਾਂ ਬੋਲਿਆ, 20 ਦਿਨ ਹੋ ਗਏ ਯਾਰ, ਕੰਮ ਹੀ ਨਹੀਂ ਮਿਲਦਾ। ਲਵਾ ਦਾ ਅੰਬਲੀਆਂ ਕੰਮ, ਬਿਜਲੀ ਘਰ ਵਿੱਚ ਕੰਮ ਹੀ, ਉੱਥੇ 15,000 ਤਨਖਾਹ ਹੀ, ਤੇ ਉੱਥੇ ਗਿੱਲਾ ਕੱਪੜਾ ਤਾਰਾਂ ਤੇ ਮਾਰਨਾ। ਰਾਜੂ ਓਏ ਇੱਧਰ ਜਗਾੜ ਗਈ, ਚੱਲ ਚੱਲ ਚੱਲ, ਕਿਹੜੇ ਫਸ ਗਿਆ ਚੱਲ। ਉਹ ਤੁਹਾਡੀ ਇਹ ਤਾਂ ਅੱਗ ਮੂਤ ਨੂੰ ਆਏ ਆ ਸਾਰੇ, ਰਾਮ ਨਾਲ ਟੱਟੀ ਕਰੀ ਮਾਰ ਦਿੱਤਾ। ਕੀ ਗੱਲ ਹੋ ਗਈ ਰਾਜੂ, ਕਿਵੇਂ ਮੁੱਝਾ ਹੋ ਰਹੀ? ਕੀ ਦੱਸਾਂ ਸ਼ੀਲੂ ਯਾਰ, ਮੈਂ ਜ਼ਿੰਦਗੀ ਤੋਂ ਅੱਕ ਗਿਆ। ਮੈਂ ਸੋਚਿਆ ਜ਼ਿੰਦਗੀ ਯਾਰ ਖਤਮ ਕਰ ਲਾਂ। ਕੀ ਹੋ ਗਿਆ ਰਾਜੂ ਵੀਰ? ਮੈਂ ਗਿਆ ਸੀ ਬਿਜਲੀ ਨੂੰ ਹੱਥ ਲਾਉਣ, ਜਿਹੜੀ ਤਾਰ ਨੂੰ ਹੱਥ ਲਾਇਆ ਉਹਦੇ ਚ ਲੈਟ ਪਈ। ਫਿਰ ਮੈਂ ਸੋਚਿਆ ਯਾਰ ਖਾ ਲਾਂ, ਉਹ ਯਾਰ ਮੈਂ ਕੋਕ ਚ ਪਾਈ, ਉਹ ਕੋਕ ਹੁਣ ਤੂੰ ਪੀ ਲੈ।